ਅੱਜ ਪੰਜਵਾਂ ਦੇਣੇ ਆ ਫਿਰ ਮੈਂ ਕਿਹਾ ਟਾਈਮ ਨਾਲ ਕਿਸ਼ਤ ਦੇ ਰਹੀ ਠੀਕ ਆ ਨਹੀਂ ਕੋਈ ਨਾ ਤੂੰ ਪਹਿਲਾਂ ਉਹਨਾਂ ਤੇ ਕਿਸ਼ਤ ਉਹਨਾਂ ਕਰ ਲਾ नहीं तू पैसे फिर मैं हाथ खड़े तेरे कर ला कर नहीं तू नहीं पैसे देने दस दे एक बारी हां मैं कुछ देना तेरे प्यो ने तो देना ही है गल करा दे ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਤੁਸੀਂ ਸਭ ਆਖੂਬੀ ਜਾਣਦੇ ਹੋ ਕਿ ਗੋਲਡੀ ਪੀਪੀ ਅਤੇ ਪੁਨੀਤ ਦੇ ਉੱਤੇ ਜੋ ਇਲਜ਼ਾਮ ਬਘੇਲ ਸਿੰਘ ਵੱਲੋਂ ਲਗਾਏ ਗਏ ਅਤੇ ਹੋਰ ਲੋਕਾਂ ਵੱਲੋਂ ਦਾਗੇ ਜਾ ਰਹੇ ਨੇ ਉਹਨਾਂ ਦੇ ਜਵਾਬ ਹਜੇ ਤੱਕ ਨਾ ਤਾਂ ਪੁਨੀਤ ਨੇ ਦਿੱਤੇ ਨੇ ਤੇ ਨਾ ਹੀ ਗੋਲਡੀ ਨੇ ਦਿੱਤੇ ਨੇ ਤੇ ਹੁਣ ਆਲਮ ਇਹ ਹੋ ਗਿਆ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਪਰਿਵਾਰਕ ਖਲਾਰਾ ਵੀ ਗੋਲਡੀ ਦਾ ਪੈਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਗੋਲਡੀ ਦੀ ਮਾਸੀ ਦੀ ਇੱਕ ਆਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸਰੇਆਮ ਗੋਲਡੀ ਮਾਸੀ ਨੂੰ ਧਮਕੀਆਂ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਮਾਸੀ ਵੀ ਸਿੱਧੇ ਤੇ ਸਪਸ਼ਟ ਜਵਾਬ ਦਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਕਿੱਦਾਂ ਇਸ ਪਰਿਵਾਰ ਨੇ ਉਸ ਨੂੰ ਧੋਖਾ ਦਿੱਤਾ ਜੋ ਚੈੱਕ ਦਿੱਤੇ ਕਿੱਦਾਂ ਉਹ ਸਿਰਫ ਕਾਗਜ਼ ਦੇ ਟੁਕੜੇ ਬਣ ਕੇ ਰਹਿ ਗਏ 6 ਸਾਲ ਹੋ ਗਏ ਇਸ ਮਾਸੀ ਨੂੰ ਇੰਤਜ਼ਾਰ ਕਰਦਿਆਂ ਕਿ ਉਸ ਦਾ ਹੱਕ ਉਸ ਨੂੰ ਮਿਲੇਗਾ ਪਰ ਜਿੱਥੇ ਕੈਮਰਾ ਹੁੰਦਾ ਹੈ ਉੱਥੇ ਲੱਖਾਂ ਦੀ ਡੋਨੇਸ਼ਨ ਦੇ ਦਿੱਤੀ ਜਾਂਦੀ ਹੈ ਲੱਖਾਂ ਰੁਪਈਆ ਦਾਨ ਕਰ ਦਿੱਤਾ ਜਾਂਦਾ ਹੈ ਪਰ ਆਪਣੇ ਟੱਬਰ ਨੂੰ ਕਿੱਦਾਂ ਰੋਲਿਆ ਜਾਂਦਾ ਹੈ ਤੁਸੀਂ ਇਸ ਆਡੀਓ ਕਲਿੱਪ ਨੂੰ ਸੁਣ ਕੇ ਬਾਖੂਬ ਸਮਝ ਆਉਂਗੇ ਕਿ ਵੱਡੇ ਕਹਾਣ ਵਾਲੇ ਸਮਾਜ ਸੇਵੀ ਅੰਦਰੋਂ ਅਸਲ 'ਚ ਕਿੰਨੇ ਕੀ ਚੰਗੇ ਨੇ ਕਿੰਨੇ ਕੀ ਸੱਚੇ ਨੇ हेलो हेलो हाँ जी हाँ गोल्डी मैं क्या आज पंजवा देने हैं फिर मैं क्या टाइम ना किस्त दे रही ठीक है नहीं कोई ना तू पहला जा मैं नहीं दिते कागज पत्र मेरी गल सुन अपनी मां नूं पुछ कित्थे कित्थे बयाने कीते आ हां नहीं अपनी मां नूं पुछ कित्थे कित्थे बयाने कीते तुसी नहीं देने तू पैसे फिर मैं हाथ खड़े तेरे नहीं पैसे देने दस दे एक बारी है मैं कुछ देना तेरे प्यो ने तो देना ही है गल करा दे मैं कुछ नहीं किया मेरी गल सुन हूँ तू मीडिया के क्या यह मामी ने लोगों के मुँह चो नवाला खोया वो लत टुट गई फलाना हो गया हूँ जरा तेरा कोई नहीं तेन सेंड कर दूंगी कोई गल नहीं हूँ वो मुंडा जरा तेरे काम मेरी गल सुन वो मुंडा तेरे काम करता वा ठीक है ना वो माँ को कल सट लग गई की गल उन्हें भी किसी के मुँह चो नवाला खोया ही ਗੱਲਾਂ ਬਹੁਤ ਹੁੰਦੀਆਂ ਕਰਨ ਵਾਲੀਆਂ ਜਿਹੜਾ ਹਿਸਾਬ ਕਿਤਾਬ ਕਰਨਾ ਉਹ ਕਰਨਾ ਹੀ ਪੈਣਾ ਤੁਹਾਨੂੰ ਹਾਂ ਫਿਰ ਮੈਂ ਤੈਨੂੰ ਕੀ ਦੱਸੂੰਗੀ ਮੇਰੀ ਗੱਲ ਸੁਣ ਹੁਣ ਅਸੀਂ ਜੇ ਨਹੀਂ ਮੀਡੀਆ ਅੱਗੇ ਆਉਂਦੇ ਰਹੇ ਹੁਣ ਨਹੀਂ ਤੁਹਾਡੇ ਬਰਾਬਰ ਖੜਦਾ ਪਿਆ ਹੈ ਮਾਹੌਲ ਤੋਂ ਬਾਅਦ ਹੀ ਤੂੰ ਕਰਨਾ ਵਾ ਆਪੇ ਤੂੰ ਕਹਿ ਮੈਂ 5 ਦਿਨਾਂ ਵਿੱਚ ਤੇਰੀ ਰਜਿਸਟਰੀ ਬਾਹਰ ਕਢਾ ਦੂੰਗਾ नहीं तेरा प्यो भी कहता रहा सारी उम्र तू लोगों के मगर लग दी ताडे मगर लग के मैनू की मिल गया है फैसले किए छे छे साल हो तेरे प्यो ने 6 साल की देता मैनू 6 साल थोड़े होंगे बंदा 6 दिन नहीं वेट करता रोले करके दिते सी मैं किसी कुछ नहीं दिता होर लखा ही दुनिया बोलन डी है मैं लखा दुनिया नू जानदी हां है मैं नहीं भरावा कुछ भी दसिया जिथे जिथे तेरी मां ने तेरिया मासिया ने बयाने किए उथे पुछ जाके कागज हां रुड़के वाले ना भी बयान नहीं रुड़के वाले को सारे डाक्यूमेंट पे आ मेरी गल सुन रुड़के वाले को सारे डाक्यूमेंट पे ना तू की मदद करनी है मेरी गल तू की मदद करनी है तेनों मैं उदो ने कहा कि रजिस्ट्री कटा दे अभी सब कुछ तेन मीडिया अगर जाके कह देंगे कि भाई साडा कोई लेन देन नहीं इन्हों इस फैमिली है तू की करनी तू तो तरस तरस के पैसे कढ़न दे लोग जिथे तू कैमरा लैके नहीं जिथे तू कैमरा लैके जाना हों उत्थे तू लखा फड़ा के आना वा है साडे वाली कैमरा नहीं ना ऑन होना है साडे वाली कैमरा नहीं ना ऑन होना है
ਤੈਨੂੰ ਮੈਂ ਉਦੋਂ ਹੀ ਕਿਹਾ ਵੀ ਵੇਖ ਗੋਲਡੀ ਜਿੱਥੇ ਤੂੰ ਕਵੇਂਗਾ ਮੈਂ ਉੱਥੇ ਲਿਖ ਕੇ ਦੇ ਦੂੰਗੀ, ਜਿੱਥੇ ਤੂੰ ਕਵੇਂਗਾ ਮੈਂ ਉੱਥੇ ਚੱਲ ਜੂੰਗੀ। ਵੇਖ ਮੇਰੀ ਰਜਿਸਟਰੀ ਬਾਹਰ ਕਢਾ ਦੇ, ਹੈਂ ਤੂੰ ਫਿਰ ਸਾਡੇ ਮਿੰਤਾਂ ਤਰਲੇ ਕਰਾਉਣ ਡਿਆ, ਮਿੰਤਾਂ ਤਰਲੇ ਕਰਾਉਣ ਡਿਆ। ਜੇ ਬੱਚਿਆਂ ਨੇ ਤੈਨੂੰ ਕਹਿ ਦਿੱਤਾ ਵੀ ਹਮ ਵੀਰ ਸਾਨੂੰ ਲੈਪਟੋਪ ਲੈ ਦੇ ਵੀ ਅਸੀਂ ਕਲਾਸ ਲਾਉਣੀ ਹੁੰਦੀ ਹੈ, ਮੈਂ ਚਲਾਉਣਾ ਲੈਪਟੋਪ, ਸਾਈਕਲ ਮੈਂ ਚਲਾਉਣਾ ਜੇ ਬੱਚਿਆਂ ਨੂੰ ਜ਼ਰੂਰਤ ਹੈ ਤੇ, ਹੈਂ ਆਪੇ ਤੂੰ ਆਪਣੀ ਜ਼ੁਬਾਨ ਚੋਂ ਕਿਹਾ ਵੀ ਮੈਂ ਬੱਚਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰੂੰਗਾ। ਹਾਂ ਨਹੀਂ ਇੰਨੀ ਦੁਨੀਆ, ਮੇਰੀ ਗੱਲ ਸੁਣ, ਹਾਂ ਨਾ ਉਹਦੇ ਨਾਲ ਕੋਈ ਮਤਲਬ ਨਹੀਂ, ਅਸੀਂ ਉਹਨੂੰ ਨਹੀਂ ਜਾਣਦੇ, ਅਸੀਂ ਤੈਨੂੰ ਜਾਣਦੇ ਹਾਂ। ਹੈਂ ਮੇਰੀ ਗੱਲ ਸੁਣ, ਇੰਨੀ ਦੁਨੀਆ ਤੇਰੇ ਖਿਲਾਫ਼ ਹੋ ਗਈ, ਮੈਨੂੰ ਤਾਂ ਨਾ ਫੇਸਬੁੱਕ ਚਲਾਉਣੀ ਆਉਂਦੀ, ਨਾ ਵਾਸਤਾ, ਨਾ ਮੇਰੇ ਕੋਲ ਆਈਡੀ, ਨਾ ਕੋਈ ਕੁਛ, ਨਾ ਹੈਂ ਸਾਰੀ ਦਿਹਾੜੀ ਮੈਂ ਸਿਲਾਈ ਤੇ ਮਸ਼ੀਨ ਤੇ ਨਿਕਲ ਜਾਂਦੀ ਹੈ। ਫਿਰ ਤੂੰ ਉਹੀ ਗੱਲਾਂ ਕਰਦਾ, ਮੈਂ ਤੈਨੂੰ ਇਸ ਕਰਕੇ ਫੋਨ ਕੀਤਾ ਵੀ ਮੈਨੂੰ ਟਾਈਮ ਨਾਲ ਪੈਸੇ ਦੇ ਦੀ, ਵੇ ਉਹ ਜਿੱਥੇ ਉਦਣ ਤੂੰ ਪੈਸੇ ਮੈਨੂੰ ਦਿੱਤੇ ਸੀ ਉੱਥੇ। ਹਾਂ ਕਾਹਦੀ ਪੜਾਸ ਕੱਢਾਂ ਮੈਂ, ਤੁਸੀਂ ਮੈਨੂੰ ਦੁਖੀ ਇੰਨਾ ਕਰ ਦਿੱਤਾ ਤੇ ਮੈਂ ਕੀ ਕਰਾਂ ਹੁਣ, ਸਬਰ ਦੀ ਕੋਈ ਹੱਦ ਹੁੰਦੀ ਆ, ਸਬਰ ਦੀ ਕੋਈ ਹੱਦ ਹੁੰਦੀ ਆ। ਮੈਂ ਤੇਰੇ ਨਾਲ ਹੀ ਪੜਾਸ ਕੱਢਦੀ ਪਈ ਹਾਂ, ਮੈਂ ਨਹੀਂ ਕਿਸੇ ਦੇ ਅੱਗੇ ਮੀਡੀਆ ਅੱਗੇ ਆਉਣਾ, ਕਿਤੇ ਨਹੀਂ ਆਉਣਾ, ਮੈਂ ਕਿਸੇ ਬਘੇਲੇ ਨੂੰ ਨਹੀਂ ਜਾਣਦੀ, ਕਿਸੇ ਨੂੰ ਨਹੀਂ ਜਾਣਦੀ ਵੀ। ਹਾਂ ਫਿਰ ਤੂੰ ਕੀ ਕਰ ਲੈਣਾ, 2 ਸਾਲ ਹੋ ਗਏ ਤੈਨੂੰ ਸੇਵਾ ਕਰਦੇ ਨੇ, ਇੱਥੋਂ ਬਾਈਪਾਸ ਲੰਘ ਕੇ ਜਾਂਦਾ ਵਾ, ਬਾਈਪਾਸ ਕਿੰਨੀ ਕੁ ਦੂਰ ਉਹਦਾ ਤੈਨੂੰ ਚੇਤਾ ਨਹੀਂ ਆਇਆ। ਹਾਂ ਮੈਨੂੰ ਦੱਸ ਪੈਸੇ ਕਿੱਥੇ ਦੇ ਕੇ ਜਾਏਗਾ, ਬੜਾਸ ਕੱਢ ਮੈਂ ਨਹੀਂ ਦੇਣੇ ਵੀ। ਚੱਲ ਕੋਈ ਨੀ ਫਿਰ ਤੇਰੇ ਪਿਓ ਦਾ ਤੇ ਫਿਰ ਕਾਲਾ ਚਿੱਠਾ ਅੱਗੇ ਆਉਣਾ ਹੀ ਆਉਣਾ। ਹਾਂ ਹਾਂ ਕੱਢ ਲਾ ਕੱਢ ਲਾ ਕੱਢ ਲਾ ਫਿਰ। ਹਾਂ ਤੇ ਤੂੰ ਹੁਣ ਮੁੱਕਰੀ ਜਾਣਾ ਤਾਂ ਅਸੀਂ ਕੀ ਕਰੀਏ, ਸੋਵਾਂ ਖਾ ਖਾ ਕੇ ਤੁਸੀਂ ਤਾਂ ਮੁੱਕਰੇ, ਹੁਣ ਗੁਰਦੁਆਰੇ 'ਚ ਤੁਰਿਆ ਫਿਰਦਾ। ਨਹੀਂ ਮੇਰੀ ਗੱਲ ਸੁਣ, ਗੁਰਦੁਆਰੇ 'ਚ ਤੁਰਿਆ ਫਿਰਦਾ, ਤੇਰੇ ਪਿਓ ਨੇ ਤਾਂ ਗੁਟਕਾ ਸਾਹਿਬ 'ਤੇ ਹੱਥ ਰੱਖ ਕੇ ਸੋਹ ਖਾਧੀ ਹੈ, ਅਤੇ ਮੈਂ ਤੇਰੇ ਬੱਚਿਆਂ ਦਾ ਹੱਕ ਨਹੀਂ ਖਾਊਂਗਾ ਵੀ, ਹੈਂ ਤਾਂ ਹੀ ਤੁਹਾਡੇ ਅੱਗੇ ਆਉਣ ਡਿਆ ਸਾਰਾ ਕੁਛ। ਤੈਨੂੰ ਪਿਆਰ ਨਾਲ ਸਤਿਕਾਰ ਨਾਲ ਕਿਹਾ ਵੇ ਗੋਲਡੀ, ਜਿੱਦਾਂ ਤੂੰ ਕਹੇਂਗਾ ਉੱਦਾਂ ਕਰਨ ਨੂੰ ਤਿਆਰ ਹਾਂ, ਮੇਰਾ ਕਰਜ਼ਾ ਲਾ ਦੇ, ਮੇਰਾ ਕਰਜ਼ਾ ਲਾ ਦੇ। ਕਦੋਂ ਕਰਨਾ ਤੂੰ, ਕਦੋਂ ਕਰਨਾ ਤੂੰ, ਹੈਂ ਕੀ ਮਦਦ ਤੂੰ ਕੀ ਮੇਰੀ ਕਰੇਂਗਾ, ਹੈਂ ਮੇਰੇ ਬੱਚੇ 4-5 ਦਿਨ ਹੋ ਗਏ ਕਲਾਸਾਂ ਲੋਕਾਂ ਦੇ ਘਰੇ ਲਾ ਕੇ ਆਉਂਦੇ, ਅੱਜ ਉਹਨਾਂ ਦੇ ਪਿਓ ਦੀ ਕਮਾਈ ਉਹਨਾਂ ਦੇ ਕੋਲ ਹੁੰਦੀ ਤਾਂ ਅਸੀਂ ਲੋਕਾਂ ਅੱਗੇ ਤਰਲੇ ਨਾ ਕੱਢਦੇ, ਕਦੀ ਕਿਸੇ ਕੁੱਤੇ ਬਿੱਲੇ ਨੂੰ ਅੱਗੇ ਕਰ ਦੇਣਾ, ਕਦੀ ਕਿਸੇ ਨੂੰ ਅੱਗੇ ਕਰ ਦੇਣਾ। ਸਾਈਕਲ ਮੁੰਡਾ ਮੰਗਦਾ, ਉਹ 1 ਕਿਲੋਮੀਟਰ ਦੂਰ ਤੇ ਕੰਪਿਊਟਰ ਸਿੱਖਣ ਜਾਂਦਾ, ਉਹਨੇ ਚਲਾਉਣਾ, ਮੈਂ ਚਲਾਉਣਾ ਸਾਈਕਲ, ਕੰਪਿਊਟਰ ਮੁੰਡੇ ਨੇ ਚਲਾਉਣਾ। ਕੀ ਹੌਸਲਾ ਕਰਾਂ ਮੈਂ, ਤੂੰ ਅੱਗੇ ਮੈਨੂੰ ਗੱਲਾਂ ਬਾਤਾਂ ਸੁਣਾਉਣਾ ਮੈਂ ਸਗੋਂ, ਹੈ ਸਾਡੇ ਤੇ ਕਿਤੇ ਦੁੱਖਾਂ ਦੀ ਹੱਦ ਨਹੀਂ ਰਹਿ ਗਈ, ਅਸੀਂ ਕੀ ਕਰੀਏ ਵੀ। ਹੁਣ ਮੇਰੀ ਗੱਲ ਸੁਣ, ਜਿਹੜਾ ਤੂੰ 1 ਲੱਖ ਰੁਪਏ ਦੇ ਗਿਆ ਮੈਂ ਬੈਂਕ 'ਚ ਜਮ੍ਹਾਂ ਨਹੀਂ ਕਰਵਾਇਆ, ਕਿਉਂਕਿ ਮੇਰੇ ਭਰਾ ਨੇ ਮੈਨੂੰ ਕਿਹਾ, ਕਹਿੰਦਾ ਉੱਥੇ ਜਾ ਕੇ ਰਿਕੁਐਸਟ ਕਰ ਲਈ ਵੀ ਮੇਰੇ ਕੋਲ ਇੰਨੇ ਕੀ ਆ, ਮੈਂ ਇੰਨੇ ਦੇ ਸਕਦੀ ਹਾਂ, ਅਤੇ ਕਹਿੰਦਾ 2-3 ਲੱਖ ਇਕੱਠਾ ਕਰ ਲਾ ਗੋਲਡੀ, 2-3 ਲੱਖ ਦੇ ਦੂਗਾ ਨਾ ਤੂੰ ਫੇਰ ਲੈ ਕੇ ਜਾਵੀਂ, ਕਿਉਂਕਿ ਤੂੰ ਰਿਕੁਐਸਟ ਕਰ ਵੀ ਭਾਈ ਮੈਂ ਵਿਆਜ ਨਹੀਂ ਦੇ ਸਕਦੀ ਵੀ, ਹੈਂ ਕਿਉਂ ਦੇਵਾਂ, ਤੇਰੇ ਮਾਂ ਬਾਪ ਨੇ ਮੇਰੀ ਜ਼ਮੀਨ ਵੇਚ ਕੇ ਖਾਧੀ ਤਾਂ ਦੇਣੇ, ਉਹ ਘਰੇ ਹੀ ਆਏ ਪੈਸੇ, ਤੂੰ ਐਸੇ ਜਮਾਨਾ ਹੀ। ਅੱਜ ਤੂੰ ਮੇਰੀ ਗੱਲ ਸੁਣ, ਅੱਜ ਤੂੰ ਕਹਿੰਦਾ ਕਿਉਂ ਦੇਵਾਂ, ਤੂੰ ਉਹਦੇ 15 ਦਿਨ ਪਹਿਲਾਂ ਕਿਹਾ ਸੀ ਵੀ ਮੈਂ ਸਭ ਕੁਛ ਕਰਨ ਲਈ ਤਿਆਰ ਹਾਂ, ਤੇਰਾ ਕਰਜ਼ਾ ਵੀ ਲਾਊਂਗਾ, ਤੇਰੇ ਬੱਚੇ ਵੀ ਪਾਲੂੰਗਾ, ਹੁਣ ਬੰਦੇ ਤਾਂ ਨਵੇਂ ਤੋਂ ਨਵੇਂ, ਨਹੀਂ ਮੇਰੀ ਗੱਲ ਸੁਣ, ਬੰਦੇ ਤਾਂ ਨਵੇਂ ਤੋਂ ਨਵੇਂ ਉੱਠ ਹੀ ਜਾਂਦੇ ਆ, ਤੇ ਕਿਤੇ ਸਾਰੇ ਮੈਨੂੰ ਹੀ ਜਾਣਦੇ ਆ, ਹੈਂ ਗੱਲ ਡਾਕੂਮੈਂਟਾਂ ਦੀ, ਜਦੋਂ ਮੈਂ ਡੇਲੀ ਪੋਸਟ 'ਤੇ ਵੀਡੀਓ ਪਾਈ ਮੈਂ ਡਾਕੂਮੈਂਟ ਰੱਖ ਕੇ ਪਾਈ ਸੀ, ਮੈਂ ਲੋਕਾਂ ਨੂੰ ਹਵਾ 'ਚ ਤੀਰ ਨਹੀਂ ਮਾਰਦੀ। ਹਾਂ ਉਹ ਤਾਂ ਉਦੋਂ ਦੇ ਡਾਕੂਮੈਂਟ ਅਗਲੇ ਕਢਾਈ ਜਾਂਦੇ, ਕਰੀ ਜਾਂਦੇ ਜੋ ਮਰਜ਼ੀ ਅਗਲੇ ਕਰੀ ਜਾਣ, ਤੈਨੂੰ ਪਤਾ ਸੋਸ਼ਲ ਦਾ ਜ਼ਮਾਨਾ ਅੱਜ ਕੱਲ੍ਹ। ਮੈਨੂੰ ਦੱਸ ਕਦੋਂ ਪੈਸੇ ਦੇ ਕੇ ਜਾਏਗਾ, ਮੈਂ ਬੈਂਕ ਜਾਣਾ ਵਾ, ਮੈਂ ਨਹੀਂ ਦੇਣੇ। ਕੋਈ ਨਹੀਂ ਤੇਰਾ ਪਿਓ ਤਾਂ ਦਊਗਾ ਨਾ, ਕੋਈ ਨਹੀਂ ਫਿਰ ਕਮਿਟਮੈਂਟ ਤਾਂ ਉਹਦੇ ਨਾਲ ਹੀ ਹੈ ਨਾ। ਹਾਂ ਤੇਰੀ ਮਾਂ ਦੇ ਸਹਿਣ ਆ, ਤੇਰੇ ਪਿਓ ਦੇ ਸਹਿਣ ਆ। ਹੈਲੋ ਹਾਂਜੀ, ਹਾਂ ਗੋਲਡੀ, ਮੈਂ ਕਿਹਾ ਅੱਜ 5ਵਾਂ ਦਿਨ ਆ, ਫਿਰ ਮੈਂ ਕਿਹਾ ਟਾਈਮ ਨਾਲ ਕਿਸ਼ਤ ਦੇ ਰਹੀ, ਠੀਕ ਹੈ ਉਹ ਮੈਂ ਨਹੀਂ ਦਿੱਤੇ ਕਾਗਜ਼ ਪੱਤਰ। ਮੇਰੀ ਗੱਲ ਸੁਣ, ਆਪਣੀ ਮਾਂ ਨੂੰ ਪੁੱਛ ਕਿੱਥੇ ਕਿੱਥੇ ਬਿਆਨੇ ਕੀਤੇ ਆ। ਹਾਂ ਨਹੀਂ ਆਪਣੀ ਮਾਂ ਨੂੰ ਪੁੱਛ ਕਿੱਥੇ ਕਿੱਥੇ ਬਿਆਨੇ ਕੀਤੇ ਤੁਸੀਂ, ਨਹੀਂ ਦੇਣੇ ਤੂੰ ਪੈਸੇ, ਫਿਰ ਮੈਂ ਹੱਥ ਖੜੇ ਤੇਰੇ, ਨਹੀਂ ਤੂੰ ਨਹੀਂ ਪੈਸੇ ਦੇਣੇ, ਦੱਸ ਦੇ ਇੱਕ ਵਾਰੀ, ਹੈਂ ਮੈਂ ਕੁਛ ਦੇਣਾ ਤੇਰੇ ਪਿਓ ਨੇ ਤਾਂ ਦੇਣਾ ਹੀ ਆ, ਉਹਦੀ ਗੱਲ ਕਰਾ ਦੇ,
मैं कुछ नहीं किया। मेरी गल सुन हूँ तू मीडिया के बच्चे क्या यह मामी ने लोगों के मुँह चो नवाला खोया वो लत टुट गई फलाना हो गया हूँ वो जरा तेरा कोई तेन तेन सेंड कर दूंगी कोई गल नहीं हूँ वो मुंडा जरा तेरे काम मेरी गल सुन वह मुंडा तेरे काम करता वा ठीक है ना वो माँ को कल सट लग गई की गल उन्हें भी किसी के मुँह चो नवाला खोया ही गल्लां बहुत होंदिया करन वालिया जिहड़ा हिसाब किताब करना वो करना ही पैना तुहानू हाँ फिर मैं तेनों की दसूंगी मेरी गल सुन हूँ असं जे नहीं मीडिया अगे आते हूँ नहीं तू साडे बराबर खड़ता पिया है माहौल तो बाद ही तू करना वा आपे तू कह मैं पांच दिन में तेरी रजिस्ट्री बाहर कढ़ा दूंगा हाँ नहीं तेरा प्यो भी कहता रहा सारी उम्र तू लोगों के मगर लग दी ताडे मगर लग के मैनू की मिल गया है फैसले किए छे छे साल हो तेरे प्यो ने छे साल की देता मैनू छे साल थोड़े होंगे बंदा छे दिन ही वेट करता रोले करके दिते सी मैं किसी को कुछ नहीं दिता होर लखा ही दुनिया बोलन दी है मैं लखा दुनिया जानती हाँ है मैं नहीं भरावा कुछ भी दसिया जिते जिते तेरी माँ ने तेरिया मासिया ने बयाने किए उ पुछ जाके कागज हाँ रुड़के वाले ना भी बयान नहीं रुड़के वाले को सारे डाकूमेंट पे आ मेरी गल सुन रुड़के वाले को सारे डाकूमेंट पे ना तू की मदद करनी है मेरी गल तू की मदद करनी है तेन मैं उदन ही कहा भी रजिस्ट्री कटा दे अं सब कुछ तेन मीडिया अगर जाके कह देंगे भी भाई साढ़ा कोई लेन देन नहीं इन्हों इस फैमिली है तू की करनी तू तो तरस तरस के पैसे कढ़न दे लोग जिथे तू कैमरा लैके नहीं जिथे तू कैमरा लैके जाना हों उ तू लखा फड़ा के आना वा है साढ़े वाली कैमरा नहीं ना ऑन होना है साढ़े वाली कैमरा नहीं ना ऑन होना है तेन मैं उदन ही कहा भी वे गोल्डी जिथे तू कहेंगा मैं उत्थे लिख के दे दूंगी जिथे तू कहेंगा मैं उत्थे चल जूंगी वे मेरी रजिस्ट्री बाहर कटा दे है तू फिर साढ़े मिनटा तरले करवाया मिनटा तरले करवाया जो बच्चों ने तेन कहता भी हम वीर सानू लैपटॉप लै दे भी असं क्लास लानी होंगी मैं चला लैपटॉप सैकल मैं चला जो बच्चों जरूरत है हैं आपे तो अपनी जबान चो क्या भी मैं बच्चों की जरूरत पूरी करूँगा हाँ नहीं इन्नी दुनिया मेरी गल सुन हाँ ना उदे नाल कोई मतलब नहीं अही उन्हों नहीं जानते अही तेनों जानते हैं है मेरी गल सुन इन्नी दुनिया तेरे खिलाफ होगी मैंने तो ना फेसबुक चलानी आँदी ना वास्ता ना मेरे को आईडी ना कोई कुछ ना है सारी दिहाड़ी मैं सिलाई मशीन से निकल जाती है फिर तू उही गल्लां करदा मैं तैनू इस करके फोन किया भी मैंने टाइम ना पैसे दे दी वे हो जिते उदन तू पैसे मैनू दिते सी उत्थे हाँ कादी भड़ास कढ़ा मैं तू ही मैनू दुखी इन्ना कर दिता तो मैं की करा हुण सबर की कोई हद हुंदी आ सबर की कोई हद हुंदी आ मैं तेरे ना ही भड़ास कढ़दी पई आ मैं नहीं किसे दे अगे मीडिया अगे आउणा किते नहीं आउणा मैं किसे भगेले नूं नहीं जाणदी किसे नूं नहीं जाणदी वी नहीं नहीं पहला तू जाया हाँ जा के आ जाएगी फिर तू की कर लेना दो साल हो गए तेन सेवा कर देने बाईपास लंघ के ही जाना वा बाईपास कि दूर है तेन चेता नहीं आया हाँ मैनू दस पैसे कितने दे जाएगा बड़ास कड मैं नहीं देने भी चल कोई नहीं फिर तेरे प्यो का तो फिर कला चिट्ठा अगे आना ही आना हाँ हाँ कड़ ला फिर हाँ तो तू हूँ मुकरी जाना तो अं की करिए सौं खा खा के तुम तो मुकरे हूँ गुरद्वारे च तुरै फिर नहीं मेरी गल हूँ गुरद्वारे च तुरै फिर तेरे प्यो ने तो गुटका सब तो हाथ रख के सौं खाधी है कि मैं तेरे बच्चों का हक नहीं खाऊंगा भी है ता ही ताे अगे आ सारा कुछ तेन प्यार सत्कार क्या वे गोल्डी जिदा तू कहेंगा उदा कर तैयार हाँ मेरा कर्जा ला दे मेरा कर्जा ला दे कदों करना तू है की मदद तू की मेरी करेगा है मेरे बच्चे चार पांच दिन हो गए क्लासा लोगों के घर ला ला के आए अज उन्होंने प्यो की कमाई उन्होंने कोल होंगी तो अं लोगों के तरले ना कढ़ दे कभी किसी कुत्ते बिल्ले अगे कर देना कभी किसी अगे कर देना सैकल मुंडा मंगता वो एक किलोमीटर दूर से कंप्यूटर सीख जाता उन्हें चला मैं चला सैकल कंप्यूटर मुंडे ने चला की हौसला करा मैं तू अगे मैंने गल्लां बातें सुना मैं सगों है साढ़े तो कि दुखों की हद नहीं रह गई अं की करिए भी हूँ मेरी मेरी गल सुन जो तू लख रुपये दे गया मैं बैंक जमा नहीं करवाया
क्योंकि मेरे भरा ने मैनू कहा कहिंदा उत्थे जा के रिक्वेस्ट कर ली कि मेरे को इन्ने की आ मैं इन्ने दे सकदी हाँ, कहिंदा 2-3 लाख इकट्ठा कर ला गोल्डी, 2-3 लाख दे दूंगा ना तो फिर लैके जावी क्योंकि तू रिक्वेस्ट कर कि भाई मैं ब्याज नहीं दे सकती भी है। क्यों दवा तेरे माँ बाप ने मेरी जमीन बेच के खाधी तां देने घर ही आए पैसे, तू ऐसे जबाना ही अज तू मेरी गल सुन अज तू कहना क्यों दवा, तू मेरे 15 दिन पहला क्या ही भी मैं सब कुछ करने लिए तैयार हाँ, तेरा कर्जा भी लाऊंगा तेरे बच्चे भी पालूंगा, हुण बंदे ते नवें तो नवें नहीं मेरी गल सुन बंदे ते नवें तो नवें उठ ही जाते हैं तो कितने सारे मैनू ही जानते हैं। गल डाकूमेंटा की जो मैं डेली पोस्ट से वीडियो पाई मैं डाकूमेंट रख के पाई सी, मैं लोगों को हवा च तीर नहीं मार दी मैं नहीं देने मैं नहीं देने कोई नहीं तेरा प्यो तो दूगा ना कोई नहीं कमिटमेंट तो ना हां तेरी मां दे सहन है तेरे प्यो दे सहन आ। हेलो हेलो हाँ जी हाँ गोल्डी हाँ मैं क्या आज पंजे में देने हैं फिर मैं क्या टाइम ना किस्त दे रही ठीक है नहीं कोई ना तो पहला जा उन्होंने किस्त उन्होंने कर ला। हेलो हाँ जी हाँ जी बोलो सर मैं इस टाइम तुम्हारे ना चल कर सकते हैं जहाँ तुझे बिजी हो जी नहीं नहीं बोलो ठीक है मैं जलंधर तो सोशल वर्कर मिंटी बोल रही हूँ जी जी तो अप्रीशिएट करते हैं थोड़ा वर्क शेयर भी करते हैं जो तुसी सेवा करते हो जी मैं ठीक है कहना भी कि नहीं लिखा जेड़ा उस दिन जो चीज एक थी चलो वो क्रिटिकल मैटर तो निकल आई है ना पर एक रोड जेड़ी स्टक करनी तो ऊपर उन्होंने ये कहना कि गोल्डी जी ने आउट ऑफ द वे आके ये सारा कुछ किया। मैं पहुंचा मैं भी ऐसा चंगा लगता है जाम लगे हुआ जी। मेनू भी देखो असला होना एक अलग ये चीज कहनी मेरे को पिस्टल आ जी कोई कुछ कहो मैं गोली मार दू लाइन एंड ऑर्डर हाथ ला सकते अनमोल ने बोलिया तुसी नाल खड़े हो तुसी ओ वीडियो नहीं देखिया तुसी व्हाट्सएप यूज कर रहे इस नंबर से जे कर दे हो तो मैं तुहानू ओ वीडियो सर फर्क तुहानू नहीं पैंदा जो एक जंग जनरेशन नो मैसेज जांदा वो कभी सोचिया एक साइड असी भी जिंदगियां बचाने मैं भी डे नाइट कर दी मैं तो लड़की हां जी मेरे पेरेंट्स भी नहीं आ ठीक है जी मेरी फेसबुक चेक करके देख लेना मैं सिस्टम ना भी मैं जलती नहीं कर रही सर प्लीज मेनू जलती मैं करके कि थोड़े को लेना जी तुसी अपनी सेवा करते हो सर प्लीज बहस करना तो एक चीज ये है थोड़ी प्रेजेंस दे विच कोई बंदा इन्नी वर्डिंग बोल जे मैं तो जर्नल
ਸਰ ਜਦੋਂ ਤੁਸੀਂ ਉੱਥੇ ਖੜੇ ਸੀਗੇ ਮੈਂ ਤੁਹਾਨੂੰ ਉਹ ਵੀਡੀਓ ਸੈਂਡ ਕਰ ਦਿੰਦੀ ਠੀਕ ਹੈ ਜੀ ਮੈਂ ਉਹਨਾਂ ਤੁਹਾਨੂੰ ਜਿੱਥੇ ਉਹ ਬੋਲ ਰਿਹਾ ਤੁਸੀਂ ਨਜ਼ਦੀਕ ਹੋ ਤੁਹਾਨੂੰ ਨਹੀਂ ਪਤਾ ਚੱਲਿਆ ਮੈਨੂੰ ਨਹੀਂ ਪਤਾ ਬਟ ਤੁਸੀਂ ਉੱਥੇ ਪ੍ਰੈਜੈਂਟ ਸੀ ਇਹਨਾਂ ਕੋਲੇ ਪਿਸਟਲ ਲਾਏ ਕਹਿੰਦੇ ਆ ਕਿ ਤੁਹਾਡੇ ਤੇ ਕੋਈ ਆਚ ਨਹੀਂ ਆਊਗੀ ਬਸ ਇਹ ਗੱਲ ਕੀ ਮੈਂ ਕਿ ਇਹ ਕਹਿ ਕੇ ਅਸੀਂ ਤੁਹਾਨੂੰ ਦੰਗ ਲੈਣਾ ਤੁਸੀਂ ਕਰ ਚਲੋ ਜੀ ਵੀਡੀਓ ਮੈਂ ਦੇਖੀ ਹੋਈ ਹੈ ਅੱਛਾ ਜੀ ਦੇਖ ਲਿਓ ਫਿਰ ਉਹ ਚ ਪੁਆਇੰਟ ਵੀ ਨੋਟ ਕਰ ਲਿਓ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਦੱਸਾਂ ਜੀ ਇੱਕ ਵੇ ਇੱਕ ਮਿੰਟ ਹਾਂ ਮੈਡਮ ਮੇਰੀ ਗੱਲ ਸੁਣ ਮੈਡਮ ਮੇਰੀ ਗੱਲ ਸੁਣ ਅਸੀਂ ਉਹਨੂੰ ਕਿਹਾ ਸੀ ਉਹ ਮੈਨੂੰ ਦੱਸਦਾ ਸੀ ਮੈਂ ਉਹਨੂੰ ਕਿਹਾ ਸਾਡੇ ਨਾਲ ਚੱਲੋ ਤੁਸੀਂ ਜੇ ਤੁਹਾਨੂੰ ਸੇਫ ਵੀ ਜਿਹੜਾ ਲੱਗ ਉਹ ਕਹਿੰਦੇ ਕਿ ਨਹੀਂ ਵੀ ਜਿਹੜਾ ਮੈਨੂੰ ਕੋਈ ਇੱਥੇ ਕੋਈ ਕਿੰਨੀ ਭੀੜ ਆ ਕਿੰਨੀ ਭੀੜ ਦੇ ਵਿੱਚ ਕੋਈ ਮੈਨੂੰ ਮੈਂ ਕਹਿੰਦਾ ਏਦਾਂ ਘਬਰਾਉਣ ਦੀ ਲੋੜ ਨਹੀਂ ਹੈਗੀ ਸਾਡੇ ਕੋਲ ਕੋਈ ਨਹੀਂ ਦੇਖ ਸਾਡੇ ਇੱਕ ਅਫਸਰ ਨੇ ਉਹਨਾਂ ਕੋਲ ਅਫਸਰਾਂ ਦੇ ਨਾਲ ਕਰ ਮੈਨੂੰ ਉਹਨਾਂ ਕਿੰਨਾ ਕਹਿੰਦਾ ਏਦਾਂ ਤੈਨੂੰ ਕਿੱਦਾਂ ਕੋਈ ਖਰਚ ਖਰਚ ਕਰ ਲੂਗਾ ਇਹਦੇ ਵਿੱਚ ਦੱਸੋ ਕੀ ਗੱਲ ਤਾਂ ਸਰ ਸੁਣੋ ਤੁਸੀਂ ਆਪਣੀ ਜਗ੍ਹਾ ਠੀਕ ਹੈ ਠੀਕ ਹੈ ਜੀ ਜੋ ਕਹਿੰਦਾ ਤੁਸੀਂ ਠੀਕ ਹੋ ਮੈਂ ਤਾਂ ਤੁਹਾਨੂੰ ਕਿਹਾ ਨਹੀਂ ਤੁਸੀਂ ਕੋਈ ਗਲਤ ਕੀਤਾ ਹੁਣ ਰਹੀ ਗੱਲ ਤੁਸੀਂ ਇਹ ਕਹਿੰਦੇ ਹੋ ਮੈਂ ਇਕੱਲੀ ਕੁੜੀ ਨਾ ਸੈਂਟਰ ਸਟੇਟ ਗਵਰਨਮੈਂਟ ਆਈਪੀਐਸ ਪੀਪੀਐਸ ਨਾਲ ਵੀ ਰਹਿ ਠੀਕ ਹੈ ਜੀ ਠੀਕ ਹੈ ਜੀ ਤੁਸੀਂ ਇਦਾਂ ਕਰ ਰਹੇ ਹੋ ਕਿਉਂਕਿ ਤੁਸੀਂ ਸੇਵਾ ਸਾਡੇ ਸਾਨੂੰ ਕੋਈ ਪੁੱਛਦਾ ਨਹੀਂਗਾ ਉਹ ਰੱਦੀ ਕਰ ਰਹੇ ਹੈ ਕਿ ਸਾਡੀ ਹੁਣ ਇੰਨੀ ਮਹਾਰਾਜ ਨੇ ਜਾਣ ਨਹੀਂ ਦਿੱਤੀ ਲਿਸਨ ਟੂ ਮੀ ਫਾਸਟ ਸਰ ਲਿਸਨ ਟੂ ਮੀ ਫਾਸਟ ਜਿਸ ਟਾਈਮ ਦੀ ਮੈਂ ਸੇਵਾ ਮੈਨੂੰ ਬਾਬੇ ਨਾਨਕ ਨੇ ਲਾਈ ਹੈ ਨਾ ਤੁਸੀਂ ਉਦੋਂ ਸ਼ਾਇਦ ਤੁਹਾਨੂੰ ਫਿਰ ਤੁਹਾਡੇ ਨਾਲ ਲੱਗ ਜੀ ਕਿਹਦਾ ਮੈਂ ਕਹਿ ਜੀ ਤੁਹਾਨੂੰ ਕੋਈ ਨਹੀਂ ਪੁੱਛ ਰਿਹਾ ਅੱਛਾ मैनू दसो मैं केड़ी स्टेट विच तुहानू दसा वी कित्थे मैं इत्थे बैठी ने जस्टिस इत्थे बैठी ने मैं सिस्टम नाल लड़ाई करदी मैं तुहानू इक जनरल पुछदी सर तुसी इक ऑफिसर हो ठीक है एक जगह धरना लगाना खुद कहना यह गल अभी क्रिटिकल मैटर हो गए एक बंदे का मैटर क्रिटिकल मैटर आ उस कहना जी मेरे सर लिसन मी लिसन टू मी फर्स्ट हूं तुम सुनिया तुम जल्द वाली गल की ना यदा रिप्लाई तो ना डीजीपी सर देंगे कि ठीक है जी तुम जी गल की ना लॉ एंड ऑर्डर कहने तोड़े इलेक्शन कमिश्नर कोड कंडक्ट से ठीक है रोड़ा जाम कर दिया की ਰੋੜਾ ਜਾਮ ਕਰਨੀਆਂ ਕੀ ਕਹਿੰਦੇ ਨੇ ਉਹ ਜਵਾਬ ਜਿਹੜਾ ਆ ਨਾ ਉਹ ਤੁਸੀਂ ਦੇਣਾ ਠੀਕ ਹੈ ਜੀ ਤੁਸੀਂ ਕਹਿੰਦੇ ਹੋ ਕਿ ਕਿਸੇ ਨੇ ਜਲਸ ਫੀਲ ਕਰਨਾ ਤੁਹਾਨੂੰ ਕੋਈ ਪੁੱਛਦਾ ਨਹੀਂ ਤੁਹਾਨੂੰ ਜ਼ਿਆਦਾ ਪਤਾ ਮੈਂ ਕਹਿੰਦੀ ਤੁਸੀਂ ਆਪਣੇ ਡਿਪਾਰਟਮੈਂਟ ਚ ਹੋ ਕੇ ਨਾ ਆਪਣੇ ਡਿਪਾਰਟਮੈਂਟ ਚ ਹੋ ਕੇ ਇੱਥੇ ਤੱਕ ਮਿੰਤੀ ਰੱਖਦੇ ਹੋ ਨਾ ਪੰਜਾਬ ਤੱਕ ਇਸ ਕੁੜੀ ਦਾ ਵੀ ਦੇਖ ਲੈਣਾ ਚੈੱਕ ਕਰਕੇ ਵੀ ਕਿੱਥੇ ਤੱਕ ਕਿਹਨਾਂ ਨੂੰ ਜਸਟਿਸ ਮਿਲਿਆ ਕਿੱਥੇ ਤੱਕ ਰਾਤ ਨੂੰ ਬੈਠੀ ਵੀ ਸਰ ਇੱਕ ਮਿੰਟ ਜੀ ਅਸੀਂ ਜੰਗ ਜੋ ਨੇਸ਼ਨ ਨੂੰ ਕੀ ਮੈਸੇਜ ਦਿੰਦੇ ਰੋੜਾ ਇੱਕ ਸਾਈਡ ਅਸੀਂ ਜ਼ਿੰਦਗੀਆਂ ਬਚਾਉਂਦੇ ਦੂਈ ਸਾਈਡ ਤੇ ਅਸੀਂ ਕਹਿੰਦੇ ਆ ਕਿ ਐਂਬੂਲੈਂਸ ਤੱਕ ਜਿਹੜੀਆਂ ਆ ਉਹ ਬਲੌਕ ਕੀਤੀਆਂ ਸਰ ਤੁਸੀਂ ਕਹਿੰਦੇ ਹੋ ਜੀ ਅਨਮੋਲ ਤੋਂ ਮੈਂ ਜਲਦ ਫੀਲ ਕਰਦੀ ਹਾਂ ਕਮਾਲ ਦੀ ਗੱਲ ਆ ਜੇ ਤੁਹਾਨੂੰ ਇਹ ਗੱਲ ਪੁੱਛੀ ਗਈ ਤੁਸੀਂ ਪੁਲਿਸ ਚੋਂ ਤੁਹਾਡਾ ਇੱਕ ਜਰਨਲ ਗੱਲ ਕੀਤੀ ਨਾ ਮੈਂ ਕੋਈ ਰਿਪੋਰਟਰ ਹਾਂ ਨਾ ਮੈਂ ਕਿਸੇ ਰਾਜਨੀਤੀ ਚੋਂ ਹਾਂ ਤੁਹਾਨੂੰ ਵੀ ਪਤਾ ਕੀ ਇਸ਼ੂ ਜੇ ਮੈਂ ਸਭ ਤੋਂ ਪਹਿਲਾਂ ਅਨਮੋਲ ਦੀ ਜਿਹੜੀ ਵੀਡੀਓ ਇੱਕ ਵਾਰੀ ਦੇਖੀ ਜਿੱਥੋਂ ਮੈਨੂੰ ਅਨਮੋਲ ਦਾ ਪਤਾ ਲੱਗਾ ਸੀ ਉਹ ਸੀ ਅਨਵਿਆਲੇ ਕੋਈ ਬੱਚੇ ਸੀਗੇ ਜੇ ਇਹਨਾਂ ਨੂੰ ਦਿਖਾਈ ਨਹੀਂ ਦਿੰਦਾ ਠੀਕ ਆ ਲਾਈਨ ਉਹ ਵਾਲੇ ਚਾਈਲਡ ਸੀ ਇਹਨਾਂ ਨੇ ਉੱਥੇ ਇੱਕ ਮਿੰਟ ਸੁਣੋ ਜੀ ਜੇ ਉਹ ਬੰਦਾ ਉੱਥੇ ਵੀਡੀਓ ਬਣਾ ਸਕਦਾ ਜੇ ਉਹ ਬੰਦਾ ਉੱਥੇ ਵੀਡੀਓ ਬਣਾ ਸਕਦਾ ਨਾ ਜੀ ਉਹ ਉੱਥੇ ਬਣਾ ਸਕਦਾ ਤੇ ਕੀ ਲੱਗਦਾ ਜੀ ਜੇ ਉਹਨੂੰ 5 ਦਿਨ ਪਹਿਲਾਂ ਦਾ ਪਤਾ ਲੱਗਾ ਤੁਸੀਂ ਪੁਲਿਸ ਚ ਹੋ ਪਹਿਲਾਂ ਤਾਂ ਆਪਾਂ ਚਲੇ ਗਏ ਤੁਸੀਂ ਵੀ ਉਹਨਾਂ ਨਾਲ ਜਾਂਦੇ ਹੋ ਤੇ ਕੀ ਗੱਲ ਉਸ ਟਾਈਮ ਤੇ ਵੀ ਕਿਉਂ ਨਹੀਂ ਫਿਰ ਉਸ ਤੋਂ ਵੀ ਉੱਪਰ ਇੱਕ ਸੁਣੋ ਜੀ ਕੀ ਲੱਗਦਾ ਜੇ ਇੰਨੇ ਸਪੋਰਟਰ ਸੀਗੇ ਸਭ ਬੈਂਸ ਦੀ ਪਾਰਟੀ ਦੇ ਸੀਗੇ ਠੀਕ ਹੈ ਜੀ ਜੇ ਇੰਨੇ ਸਪੋਰਟਰ ਮੇਰੀਆਂ ਕ੍ਰਿਟੀਕਲ ਮੇਰੀ ਨਾ ਮੇਰੀ ਬੈਕਗ੍ਰਾਉਂਡ ਚੱਕ ਕੇ ਦੇਖ ਲਿਓ ਠੀਕ ਆ ਇਹ ਇਹਦਾ ਜਿੱਦਾਂ ਤੁਸੀਂ ਕਹਿੰਦੇ ਨਾ ਆਪਣੀ ਮਾਮੀ ਨੂੰ ਭੇਜਣਾ ਮੈਂ ਜੀ ਡਿਫਾਮੇਸ਼ਨ ਦਾ ਪਾਣਾ ਆ ਫਿਰ ਮੈਂ ਵੀ ਤਾਂ ਉੱਤੇ ਪਾ ਲਾਂਗੀ ਜੀ ਮੈਂ ਕਾਂਗਰਸੀ ਕੀ ਮੈਂ ਕਿਸੇ ਵੀ ਪਾਰਟੀ ਨਾਲ ਜੇ ਕਦੀ ਵੀ ਕਿਤੇ ਖੜੀ ਹੋਈ ਦਿਨ ਰਾਤ ਸੋਸ਼ਲ ਵਰਕ ਕਰਦੀ ਦਿਨ ਰਾਤ ਗੁਰਪ੍ਰੀਤ ਅੰਤ ਤੱਕ ਕੋਈ ਗੱਲ ਕਹਿਣਾ ਚਾਹਾਂਗੇ ਸਾਰੀ ਆਡੀਓ ਕਲਿੱਪ ਤੁਸੀਂ ਸੁਣੀ ਤੇ ਤੁਹਾਨੂੰ ਆਪ ਅੰਦਾਜ਼ਾ ਹੋ ਗਿਆ ਹੋਣਾ ਹੈ ਸੱਚਾ ਕੌਣ ਹੈ ਤੇ ਝੂਠਾ ਕੌਣ ਇਸ ਲਈ ਵਿਦੇਸ਼ਾਂ ਵਿੱਚ ਬੈਠੇ ਐਨਆਰਆਈ ਭਾਈਚਾਰੇ ਨੂੰ ਹੱਥ ਬੰਨ ਕੇ ਇੱਕੋ ਹੀ ਬੇਨਤੀ ਕਰਾਂਗੇ ਕਿ ਜੇਕਰ ਤੁਸੀਂ ਕਿਸੇ ਨੂੰ ਵੀ ਦਾਨ ਕਰ ਰਹੇ ਹੋ ਜੇਕਰ ਆਪਣਾ ਦਸਵੰਧ ਕਿਸੇ ਵੀ ਸੰਸਥਾ ਨੂੰ ਭੇਜ ਰਹੇ ਹੋ ਤਾਂ ਉਹਨਾਂ ਤੋਂ ਹਿਸਾਬ ਕਿਤਾਬ ਜ਼ਰੂਰ ਮੰਗਿਆ ਕਰੋ ਗੁਰਬਾਣੀ ਸਾਨੂੰ ਬਾਰ ਬਾਰ ਕਹਿੰਦੀ ਹੈ ਕਿ ਅਕਲੀ ਕੀ ਚੇਤਾਨ ਤੇ ਜੇਕਰ ਅਸੀਂ ਦਾਨ ਕਰਨ ਤੋਂ ਬਾਅਦ ਭੁੱਲ ਜਾਂਦੇ ਹਾਂ ਕਿ ਅਸੀਂ ਕਿੱਥੇ ਕਿੰਨਾ ਭੇਜਿਆ ਹੈ ਕਿ ਉਹ ਸਹੀ ਥਾਂ 'ਤੇ ਇਸਤੇਮਾਲ ਹੋਇਆ ਹੈ ਜਾਂ ਨਹੀਂ ਹੋਇਆ ਕਿਤੇ ਇਹਨਾਂ ਵਰਗੇ ਸਮਾਜ ਸੇਵੀ ਸਮਾਜ ਸੇਵਾ ਦੇ ਨਾਮ ਦੇ ਉੱਤੇ ਕੁਝ ਵੀਡੀਓ ਬਣਾ ਕੇ ਸਾਨੂੰ ਬੇਵਕੂਫ਼ ਤਾਂ ਨਹੀਂ ਬਣਾ ਰਹੇ ਜੋ ਹਿਸਾਬ ਕਿਤਾਬ ਦੇਣ ਤੋਂ ਕਤਰਾ ਰਹੇ ਨੇ ਅਤੇ ਹਿਸਾਬ ਕਿਤਾਬ ਦੇਣ ਦੇ ਨਾਮ ਦੇ ਉੱਤੇ ਹੁਣ
कई घर की उसारी एकदम शुरू कर दी गई तो जिथे लोड़ नहीं भी है उत्थे बिना मतलब तो जाके पैसा दान कर दिता गया। ये सब जाहिर करता है इन्होंने समाज सेविया के अंदर के डर न कि घट्टो घट जिदन हिसाब किताब देने की वारी आए उदन खाते कुछ हद तक तो बराबर हो जाए। तो ये सब इस मसले उत्ते की सोचते हो अपने विचार नीचे कमेंट्स के जरूर देना। वीडियो चंगी लगी हो लाइक तो शेयर भी जरूर करना। वाहेगुरु जी का खालसा वाहेगुरु जी की फतेह। सिख धर्म की हर गतिविधि गुरबाणी वास्ते हुने सबसक्राइब करो गुरबाणी अखंड बाणी नोटिफिकेशन वास्ते बैल नूं रिंग करो।